ਹਾਂਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਮੈਂ ਛੋਟੀ ਜਿਹੀ ਵੀਡੀਓ ਬਣਾਉਣੀ ਆ ਤੁਸੀਂ ਵੀ ਬੀਜ਼ੀ ਹੋਮੋਗੇ ਹੁਣ ਸਾਰੇ ਕੰਮ ਵਿੱਚ ਬੀਜ਼ੀ ਹੋਣਗੇ ਦਿਵਾਲੀ ਚ ਇੱਕ ਦਿਨ ਰਹਿ ਗਿਆ ਕੱਲ ਦਾ ਦਿਨ ਰਹਿ ਗਿਆ ਤੇ ਹੁਣ ਮੈਂ 9 ਵਜੇ ਨੇ ਸਾਰੀ ਡੇਲੀ ਐਕਟੀਵਿਟੀ ਜਿਹੜੀ ਆ ਪਾ ਰੋਜ਼ ਕੰਮ ਕਰਦੇ ਆ ਉਹ ਕੰਮ ਕਰ ਲਿਆ ਨਿਬੇੜ ਲਿਆ ਤੇ ਮੈਂ ਹੁਣ ਬਸ ਪਰਮਾਤਮਾ ਅਰਦਾਸ ਇਹੀ ਕਰਦੀ ਆ ਕਿ ਸਾਰਿਆਂ ਦੇ ਲਈ ਪਰਮਾਤਮਾ ਖੁਸ਼ੀਆਂ ਭਰੀ ਦਿਵਾਲੀ ਲੈ ਕੇ ਆਵੇ ਸਾਰਿਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਤੇ ਹੁਣ ਮੈਂ ਅੱਜ ਆ ਬਰਾਂਡਾ ਬੇੜਾ ਤੇ ਆ ਟਾਕੀਆਂ ਗੇਟ ਮੈਂ ਸਾਰੇ ਅੱਜ ਧੋਉਂਗੀ ਇਹ ਦੋ ਦਿਨ ਪਹਿਲਾਂ ਹੀ ਧੋਣੀ ਹੁੰਦੀ ਆ ਤੇ ਫੇਰ ਹੀ ਲੱਗਦਾ ਵੀ ਦੀਵਾਲੀ ਆ ਜਦੋਂ ਪਤੋਂ ਧੋਣ ਦਾ ਕੰਮ ਕਰਦੇ ਆ ਧੋਣ ਦੇ ਨਾਲ ਹੀ ਲੱਗਦਾ ਹੁੰਦਾ ਤੇ ਮੈਂ ਜ਼ਿਆਦਾ ਪੇਸਟ ਨਹੀਂ ਕਰੂੰਗੀ ਪਾਣੀ ਤੇ ਮੈਂ ਬਿਹੜੇ ਚ ਬਸ ਗਿੱਲਾ ਜਿਆ ਕਰਕੇ ਛੜਕਾ ਜਿਆ ਕਰ ਦੂੰਗੀ ਤੇ ਆ ਟਾਕੀਆਂ ਚ ਤਾਂ ਗਰਦਾ ਪੈ ਜਾਂਦਾ ਇਹਨਾਂ ਨੂੰ ਸਮਾਰ ਕੇ ਸਰਫ ਨਾਲ ਧੋਉਂਗੀ ਸਾਫ਼ ਕਰਕੇ ਇਵੇਂ ਸਾਰੇ ਕੰਮ ਜਿਹੜੇ ਵੀ ਰਹਿੰਦੇ ਨੇ ਅੱਜ ਹੀ ਕੰਪਲੀਟ ਕਰ ਦੇਣੇ ਆ ਜੇ ਕੋਈ ਪ੍ਰੈਸ ਕਰਨ ਵਾਲਾ ਕੱਪੜਾ ਉਹ ਵੀ ਅੱਜ ਹੀ ਹੀ ਪ੍ਰੈਸ ਦਾ ਵੀ ਨਿਵੇੜ ਦੇਣਾ ਤੇ ਕੋਠਿਆਂ ਤੇ ਝਾੜੂ ਲਾਉਣਾ ਜੋ ਵੀ ਕੰਮ ਵਾਧੂ ਦਾ ਹੋਊਗਾ ਅੱਜ ਹੀ ਹੀ ਕੰਪਲੀਟ ਕਰ ਦੇਣਾ ਕੱਲ ਨੂੰ ਆਪਾਂ ਹੋਰ ਕੋਈ ਕੰਮ ਕਰਾਂਗੇ ਤੇ ਨਾਲੇ ਮੈਂ ਕੱਲ ਨੂੰ ਪਨੀਰ ਘਰੇ ਆਪਾਂ ਪਨੀਰ ਬਣਾਵਾਂਗੇ ਤੇ ਉਹਦੀ ਵੀਡੀਓ ਵੀ ਬਣਾਉਂਗੀ ਮੈਂ ਤੇ ਮੁੱਲ ਦੇ ਨਾਲੋਂ ਆਪਾਂ ਜੇ ਘਰੇ ਬਣਾ ਲਈਏ ਤਾਂ ਵਧੀਆ ਰਹਿੰਦਾ ਤੇ ਆਪਾਂ ਕੱਲ ਨੂੰ ਪਨੀਰ ਬਣਾਵਾਂਗੇ ਉਹਦੀ ਵੀਡੀਓ ਬਣਾਉਂਗੀ ਤੇ ਨਾਲੇ ਬਿੰਦਵਾਲੀ ਵਾਲਦਿਆਂ ਦਾ ਸ਼ਾਹੀ ਪਨੀਰ ਬਣਾਉਂਗੀ ਤੇ ਮੈਂ ਉਹਦੀ ਵੀ ਵੀਡੀਓ ਬਣਾਉਂਗੀ ਤੇ ਹੁਣ ਮੈਂ ਕੋਠਿਆਂਗਾਠਿਆਂ ਤੇ ਵੀ ਝਾੜੂ ਲਾ ਕੇ ਤੇ ਸਾਰਾ ਕੰਪਲੀਟ ਕਰ ਲਾਂਗੇ ਤੇ ਮੈਨੂੰ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹਾਂਜੀ ਧੰਨਵਾਦ ਜੀ